ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਅੱਜ ਆਪਾਂ ਪਹੁੰਚੇ ਜੀ ਗਾਂਧਰਾ ਪਿੰਡ। ਸਾਰੀ ਟੀਮ ਪਹੁੰਚੀ ਹੋਈ ਹੈ, ਭਾਈ ਸੁਖਮਿੰਦਰ ਸਿੰਘ ਜੀ ਪਹੁੰਚੇ ਹੋਏ ਨੇ, ਭਾਈ ਗੁਰਸਿਮਰਤ ਸਿੰਘ ਜੀ, ਭਾਈ ਪਰਮਿੰਦਰ ਸਿੰਘ ਜੀ, ਜਗਰਾਜ ਸਿੰਘ ਜੀ, ਸਾਰੀ ਟੀਮ ਪਹੁੰਚੀ ਹੋਈ ਹੈ ਜੀ। ਅਤੇ ਕੁਛ ਸਮੇਂ ਬਾਅਦ ਜੋ ਗਤਕੇ ਦੀਆਂ ਰਮਤਾਂ ਹੋਣੀਆਂ, ਕਿਸੇ ਸਿੰਘ ਦੇ ਘਰ ਬੈਠੇ ਜੀ ਲੰਗਰ ਪਾਣੀ ਛੱਕ ਕੇ, ਫਿਰ ਉਸ ਤੋਂ ਬਾਅਦ ਗਤਕੇ ਦੀ ਹਾਜ਼ਰੀ ਆਪ ਜੀ ਨਾਲ ਸਾਂਝ ਪਾਵਾਂਗੇ ਜੀ। ਅਤੇ ਵੀਡੀਓ ਨਾਲ ਬਣੇ ਰਹੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ, ਲਓ ਜੀ ਨਿਰਵੈਰ ਖਾਲਸਾ ਗੱਤਾ ਖਾੜਾ ਦੇ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਪਾਤਸ਼ਾਹ ਚੜ੍ਹਦੀ ਕਲਾ ਮਹਾਰਾਜ ਜੀ, ਬਹੁਤ ਧੰਨਵਾਦ ਜੀ। ਸਿੰਘ ਸਾਹਿਬ ਦੇ ਘਰ ਬੈਠੇ ਹਾਂ ਜੀ, ਜਲ ਪਾਣੀ ਛੱਕਣ ਤੋਂ ਬਾਅਦ ਖਾੜੇ ਦੀ ਆਰੰਭਤਾ ਹੋਣੀ ਆ। ਹਾਂਜੀ ਹਾਂਜੀ ਹਾਂ, ਚੜ੍ਹਦੀ ਕਲਾ ਆਨੰਦ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਗ੍ਰੀਨ ਪਾਰਕ ਬਣਾਇਆ ਹੋਇਆ ਜੀ ਪਿੰਡ ਗਾਂਧਰਾ ਵਿਖੇ, ਬਹੁਤ ਵਧੀਆ। ਸ਼ਹਿਰਾਂ ਦੇ ਵਿੱਚ ਵੀ ਇਹੋ ਜਿਹਾ ਪਾਰਕ ਨਹੀਂ ਹੁੰਦਾ, ਪਿੰਡ ਦੇ ਵਿੱਚ ਬਣਿਆ, ਤੁਸੀਂ ਦੇਖ ਰਹੇ ਹੋ। ਧੁੰਦ ਪਈ ਹੋਈ ਹੈ ਥੋੜ੍ਹੀ ਜਿਹੀ, ਠੰਡ ਬਹੁਤ ਅੱਜ। ਜਲੰਧਰ ਇਲਾਕੇ ਦੇ ਵਿੱਚ ਆਏ ਹੋਏ ਹਾਂ ਜੀ ਗੱਤਕੇ ਦੇ ਪਰਫੋਰਮੈਂਸ ਕਰਨ ਵਾਸਤੇ। ਗੁਰੂ ਘਰ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਆਰੰਭ ਹੋਣਾ ਹੈ ਅਤੇ ਪਾਲਕੀ ਸਾਹਿਬ ਤਿਆਰ ਕਰ ਦਿੱਤੀ ਗਈ ਹੈ ਜੀ। ਅਤੇ ਨਗਾਰੇ ਅਤੇ ਚੋਭਾ ਲੱਗ ਰਹੀਆਂ ਨੇ, ਛੋਟੇ ਛੋਟੇ ਭਚੰਗੀ ਬੜੇ ਸ਼ੌਂਕ ਦੇ ਨਾਲ ਨਗਾਰਾ ਵਜਾ ਰਹੇ ਨੇ ਜੀ। ਸਤਿ ਸ਼੍ਰੀ ਅਕਾਲ। ਗੁਰੂ ਘਰ ਦੇ ਵਿੱਚੋਂ ਨਗਰ ਕੀਰਤਨ ਆਰੰਭ ਹੋਣਾ ਹੈ ਅਤੇ ਛੋਟੇ ਛੋਟੇ ਬੱਚੇ ਪਿੰਡ ਦੀ ਸੰਗਤ ਨੇ ਬੜੇ ਵਧੀਆ ਤਰ੍ਹਾਂ ਤਿਆਰ ਕੀਤੇ ਹੋਏ ਆ, ਦਸਤਾਰਾ ਸਜਾਈਆਂ ਹੋਈਆਂ ਛੋਟੀ ਛੋਟੀ ਬੱਚੀਆਂ ਨੇ। ਸੋ ਇੰਟਰਨੈਸ਼ਨਲ ਨਿਰਵੈਰ ਖਾਲਸਾ ਸਮੁੱਚਾ ਇੱਥੇ ਪਹੁੰਚ ਚੁੱਕਿਆ, ਬਸ ਥੋੜ੍ਹੇ ਸਮੇਂ ਦੇ ਵਿੱਚ ਤਿਆਰੀ ਹੈ ਜੀ ਅਤੇ ਗੱਤਕੇ ਦੀ ਹਾਜ਼ਰੀ ਨਿਰਵੈਰ ਖਾਲਸਾ ਗੱਤਕਾ ਗਰੁੱਪ ਲਗਵਾਏਗਾ ਇਸੇ ਸਥਾਨ ਤੋਂ ਜੋ ਨਗਰ ਕੀਰਤਨ ਆਰੰਭ ਹੋਣਾ ਹੈ ਜੀ। ਕੁਝ
ਇੱਕ ਘੋੜ ਸਵਾਰੀ ਵੀ ਕਰਦਾ ਚਾਰ ਘੋੜੇ ਇਕੱਠੇ।